ਦੇਖੋ ਸਾਡੇ ਦਾ ਪਹਿਲਾਂ ਇਹ ਸੀ ਇਹ ਸਰਕਾਰ ਨੂੰ ਕਿਹਾ ਸੀ ਜੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਅਸੀਂ ਨਾ ਤਾਂ ਕੋਈ ਬਦਲੇ ਦੀ ਨੀਤੀ ਚਲੀਏ ਨਾ ਸਾਡਾ ਕੋਈ ਕਰਪਸ਼ਨ ਕਰੂਗਾ ਨਾ ਸਾਡਾ ਕੋਈ ਅਸੀਂ ਦੇਖਦੇ ਸੀ ਅਸੀਂ ਕਿਹਾ ਵੀ ਜੇ ਚੰਗੇ ਕੰਮ ਪੰਜਾਬ ਲਈ ਕਰੋਗੇ ਅਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਲੇਕਿਨ ਜੋ ਦੋ ਮਹੀਨਿਆਂ ਦਾ ਉਹਨਾਂ ਦਾ ਦੇਖਣ ਨੂੰ ਮਿਲਿਆ ਉਹ ਸਾਰੇ ਕੰਮ ਕਰ ਰਹੇ ਨੇ ਉਹ ਲੁੱਟ ਵੀ ਮਚਾ ਰਹੇ ਨੇ ਕਾਂਗਰਸ ਵਾਲੇ ਬਦਲੇ ਦੀ ਨੀਤੀ ਵੀ ਚਲਾ ਰਹੇ ਨੇ ਔਰ ਹਰ ਰੋਜ਼ ਕੋਈ ਨਾ ਕੋਈ ਘਟਨਾਵਾਂ ਹੋ ਰਹੀਆਂ ਨੇ ਕੋਈ ਕਿਸੇ ਨੂੰ ਲੁੱਟਿਆ ਜਾ ਰਿਹਾ ਕਿਸੇ ਨੂੰ ਮਾਰਿਆ ਜਾ ਰਿਹਾ ਕੋਈ ਰੋਜ਼ ਲੜ ਦੀ ਪੁਜ਼ੀਸ਼ਨ ਬਹੁਤ ਹੀ ਬੁਰੀ ਹੋ ਰਹੀ ਹੈ ਇਸ ਕਰਕੇ ਆ ਰੇਤੇ ਦਾ ਜਿਹੜਾ ਹੈਗਾ ਸੀ ਉਹਨੇ ਕਾਂਗਰਸ ਦਾ ਸਾਰੇ ਜਲੂਸ ਕਰ ਦਿੱਤਾ ਕਿ ਇਹਨਾਂ ਨੂੰ ਭੁੱਖ ਸੀ ਔਰ ਇਹ ਜਿਵੇਂ ਇਹਨਾਂ ਨੇ ਕੀਤਾ ਇਹਨਾਂ ਨੂੰ ਹੋਰ ਬਲੈਕ ਕਰਨੀ ਕਿਉਂਕਿ ਇੰਨੇ ਇੰਨੇ ਵੱਡੇ ਠੇਕੇ ਦੇ ਕੇ ਆਪਣੇ ਨਾਂ ਲੈ ਕੇ ਅਤੇ ਹੁਣ ਵੀ ਜਿਹੜਾ ਕਹਿੰਦੇ ਸੀ ਰੇਤੇ ਦਾ ਰੇਟ ਜਦੋਂ ਸਾਡੀ ਸਰਕਾਰ ਬਣ ਗਈ ਰੇਤੇ ਦਾ ਰੇਟ ਤਾਂ ਹੁਣ ਦੁੱਗਣਾ ਹੋ ਗਿਆ ਰੇਤੇ ਦਾ ਰੇਟ ਹੁਣ ਤਾਂ ਕੋਈ ਖਰੀਦ ਹੀ ਨਹੀਂ ਸਕਦਾ ਜਿਹੜੇ ਸਾਡੇ ਖਿਲਾਫ਼ ਬਹੁਤ ਵੱਡੇ ਇਲਜ਼ਾਮ ਲਾਉਂਦੇ ਸੀ ਅੱਜ ਉਹ ਸਾਰੇ ਨੰਗੇ ਹੋ ਚੁੱਕੇ ਨੇ ਔਰ ਸਾਡੀ ਡਿਮਾਂਡ ਹੈ ਕਿ ਉਹ ਰਾਣਾ ਗੁਰਜੀਤ ਸਿੰਘ ਨੂੰ ਆਪਣੇ ਆਪ ਰਿਜ਼ਾਈਨ ਕਰਨਾ ਚਾਹੀਦਾ ਔਰ ਤਾਂ ਕਿ ਪੂਰੀ ਇਨਕੁਆਇਰੀ ਹੋ ਸਕੇ ਕਿ ਉਹਨਾਂ ਨੇ ਰੋਜ਼ ਤੁਸੀਂ ਦੇਖਦੇ ਹੋ ਮੀਡੀਆ ਦੱਸ ਰਿਹਾ ਕਿ ਉਹ ਕਿੰਨੀ ਦੇਰ ਤੋਂ ਉਹਨਾਂ ਦਾ ਨੌਕਰ ਹੈ ਫਿਰ ਡਾਇਰੈਕਟਰ ਹੈ ਉਹਨਾਂ ਦੀ ਕੰਪਨੀ ਦਾ ਡਾਇਰੈਕਟਰ ਬਣਾਇਆ ਹੋਇਆ ਉਹ ਸੀ ਮੇਰੀ ਕੱਲ੍ਹ ਵੀ ਮੈਂ ਵੀ ਸਟੇਟਮੈਂਟ ਕੱਲ੍ਹ ਦਿੱਤੀ ਸੀ ਵੀ ਉਹ ਨਹੀਂ ਹੈ ਉਹ ਵੀ ਪਾਰਦਰਸ਼ਤਾ ਵਾਲਾ ਚਾਹੀਦਾ ਜਿਹੜੀ ਇਨਕੁਆਇਰੀ ਹੋਵੇ ਅਮਲ ਤਾਂ CBI ਤੋਂ ਹੋਵੇ ED ਤੋਂ ਹੋਵੇ ਦੋਨੋਂ ਕਾਰਨ ਵੀ ਉਹਦੇ ਕੋਲ ਪੈਸਾ ਕਿਵੇਂ ਆ ED ਕਰ ਸਕਦੀ ਹੈ CBI ਕਰ ਸਕਦੀ ਹੈ ਅਤੇ ਜੇ ਕਿਸੇ ਜੱਜ ਤੋਂ ਕਰਾਉਣੀ ਵੀ ਹੈ ਤਾਂ ਕੋਈ ਐਸਾ ਜੱਜ ਹੋਵੇ ਜਿਹਨੂੰ ਕੋਈ ਸਾਰਿਆਂ ਦਾ ਸਾਂਝਾ ਜਿਹਾ ਨਜ਼ਰ ਆਵੇ ਉਹ ਤਾਂ ਹੁਣ ਕਰਾਉਣੀ ਚਾਹੀਦੀ ਅਜੇ ਕੋਈ ਮਾਫ਼ ਨਹੀਂ ਕੀਤਾ ਇਹ ਵੀ ਹਾਲੇ ਅਖਬਾਰੀ ਹੈ ਗੱਲਾਂ ਜਿੰਨੇ ਨੇ ਇਹਨਾਂ ਨੇ ਕੈਬਨਿਟ ਦੀ ਮੀਟਿੰਗ 'ਚ ਪਾਸ ਕੀਤੇ ਨੇ ਇੱਕ ਵੀ ਲਾਗੂ ਨਹੀਂ ਹੋਇਆ ਕੋਈ ਵੀ ਫੈਸਲਾ ਇਹਨਾਂ ਦਾ ਅੱਜ ਤੱਕ ਬਲਕਿ ਸਾਰਾ ਕੁਛ ਬੰਦ ਕਰ ਦਿੱਤਾ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਪੈਨਸ਼ਨਾਂ ਬੰਦ ਹੋ ਗਈਆਂ ਨੀਲੇ ਕਾਰਡ ਬੰਦ ਹੋ ਗਏ ਔਰ ਜਿੰਨਾ ਵੀ ਇਹਨਾਂ ਨੇ ਵਾਅਦਾ ਕੀਤਾ ਉਹਨੂੰ ਇੱਕ ਵੀ ਲਾਗੂ ਨਹੀਂ ਕੀਤਾ ਇਹ ਤਾਂ ਕਹਿੰਦੇ ਸੀ ਵੀ ਅਸੀਂ ਹਰੇਕ ਘਰ 'ਚੋਂ ਇੱਕ ਨੌਕਰੀ ਦੇਵਾਂਗੇ ਜਿਹੜੇ ਕੱਚੇ ਸੀ ਉਹ ਵੀ ਕੱਢਤੇ ਔਰ ਕੋਈ ਰੱਖਣ ਦੀ ਬਜਾਏ ਕੱਢਣ ਲੱਗੇ ਹੋਏ ਨੇ ਇਹਨਾਂ ਤੋਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਦੇਖ ਲਓਗੇ ਇਸ ਬਜਟ 'ਚ ਨਾ ਟੈਕਸ ਵੀ ਲਾਉਣੇ ਨੇ ਅਤੇ ਸਮਾਰਟ ਫੋਨ ਵਾਅਦੇ ਕੀਤੇ ਗਏ ਹੁਣ ਦੇਖੋ ਕਿਸਾਨਾਂ ਦੇ ਕਰਜ਼ੇ ਵਾਲਾ ਕਿਸਾਨਾਂ ਦਾ ਕਰਜ਼ਾ ਤਾਂ ਜ਼ਿਆਦਾ ਆੜ੍ਹਤੀਆਂ ਕੋਲ ਆ ਜਾਂ ਅੱਜ ਕੱਲ੍ਹ ਉਹਨਾਂ ਨੇ ਜ਼ਿਆਦਾ ਦੇ ਦਿੱਤੇ ਸੀ ਕਿ ਜਿਹੜੇ ਦੂਸਰੇ ਪ੍ਰਾਈਵੇਟ ਬੈਂਕ ਨੇ ਕਮਰਸ਼ਲ ਬੈਂਕਾਂ ਨੇ ਜ਼ਿਆਦਾ ਦਿੱਤੇ ਸੀ ਕਰਜ਼ੇ ਤਾਂ ਕੋਪਰੇਟ ਬੈਂਕ ਦੇ ਥੋੜ੍ਹੇ ਕਰਜ਼ੇ ਨੇ ਥੋੜ੍ਹਾ ਕਰਜ਼ਾ ਦਿੰਦਾ ਅਤੇ ਉਹ ਤਾਂ ਸਾਰੇ ਦੇਣੇ ਪੈਣਗੇ ਉਹਨਾਂ ਨੂੰ ਉਹਦਾ ਮਾਫ਼ ਨਹੀਂ ਕਰ ਸਕਦੇ